ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਦੀਆਂ ਨੇ, ਜਿੱਥੇ ਉਸ ਸਮੇਂ ਪੂਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਜਦੋਂ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ ਕੁਝ ਵਿਅਕਤੀਆਂ ਨੂੰ ਪਿੰਡ ਦੇ ਵਿੱਚ ਦੇਖਿਆ ਗਿਆ। ਕਥੇ ਤੌਰ ਤੇ ਇਹ ਦੱਸਿਆ ਜਾ ਰਿਹਾ ਕਿ ਨਿਹੰਗ ਸਿੰਘ ਇੱਕ ਪਰਿਵਾਰ ਦੀਆਂ ਦੁਕਾਨਾਂ ਤੇ ਕਬਜ਼ਾ ਕਰਨ ਲਈ ਪਹੁੰਚੇ ਸਨ ਤੇ ਜਿਨ੍ਹਾਂ ਨੇ ਪਹਿਲਾਂ ਦੁਕਾਨਾਂ ਤੇ ਕਬਜ਼ਾ ਕੀਤਾ ਤੇ ਫਿਰ ਘਰ 'ਚ ਵੜ ਕੇ ਪੂਰੇ ਪਰਿਵਾਰ ਨੂੰ ਬੰਦੀ ਬਣਾ ਲਿਆ। ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਕੁੜੀ ਨਵਿਆ ਮਹਿਤਾ ਨੇ ਨਿਹੰਗ ਸਿੰਘਾਂ ਤੇ ਗੰਭੀਰ ਇਲਜ਼ਾਮ ਲਗਾਏ ਹਨ। ਕੁੜੀ ਵੱਲੋਂ ਇਹ ਕਹੀਆਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਫਿਲਹਾਲ ਇਸ ਕੁੜੀ ਵੱਲੋਂ ਨਿਹੰਗ ਸਿੰਘਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਮੇਰਾ ਨਾਮ ਨਵਿਆ ਮਹਿਤਾ ਹੈ। ਸਾਡਾ ਪਿੰਡ ਜਿਹੜਾ ਮਿਆਣੀ ਬਾਕਰਪੁਰ ਕਿਲਵਾਂ 'ਚ ਆਪਾਂ ਰਹਿੰਦੇ ਹਾਂ, ਮਿਆਣੀ ਬਾਕਰਪੁਰ ਸਾਡਾ ਪਿੰਡ ਆ ਸਰ। ਮਤਲਬ ਕੀ ਪੂਰਾ ਇਹ ਮਾਮਲਾ ਹੈਗਾ, ਤੁਸੀਂ ਖਹਿਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ, ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਏ ਆ, ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਕੀ ਇਹ ਪੂਰਾ ਮਾਮਲਾ। ਸਰ ਪੂਰਾ ਮਾਮਲਾ ਇੱਦਾਂ ਕਿ ਨਗਰ ਪੰਚਾਇਤ ਦੀ ਜਗ੍ਹਾ ਵਾ ਸਰ, 1970 ਦੇ ਸਰ ਆਪਾਂ ਇੱਥੇ ਰਹਿੰਦੇ ਹਾਂ, ਦਾਦਿਆਂ ਪੜਦਾਦਿਆਂ ਦੀ ਜਗ੍ਹਾ ਚੱਲਦੀ ਆਉਂਦੀ ਸਾਡੀ ਸਰ, ਅਤੇ ਸਰ ਇਹ ਜਗ੍ਹਾ ਦੀ ਰਜਿਸਟਰੀ ਹੋ ਨਹੀਂ ਸਕਦੀ। ਅਮਰਿੰਦਰ ਸਿੰਘ ਭਮਰਾ ਸਰ ਜਿਹੜਾ ਵਾ, ਇਹ ਬੰਦੇ ਨੇ ਸਰ ਜਾਲੀਆਂ ਰਜਿਸਟਰੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਉਹ ਕੋਈ ਨਿਹੰਗ ਸਾਹਿਬ ਨੇ ਉਹਨਾਂ ਨੂੰ ਜਿਹੜੀ ਇਹ ਜਗ੍ਹਾ ਦੇ ਦਿੱਤੀ ਆ ਸਰ। ਮੈਂ ਉਹਨਾਂ ਅੱਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਰਜਿਸਟਰੀ ਨਾ ਕਰਾਓ, ਧੱਕੇ ਨਾਲ ਸਰ ਰਜਿਸਟਰੀ ਆ ਕੇ ਮੈਨੂੰ ਡਰਾਉਂਦੇ ਆ, ਧਮਕਾਉਂਦੇ ਆ, ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸਹੁਰੇ ਨੂੰ ਵੀ ਜਾਨੋਂ ਮਾਰ ਦਾਂਗੇ, ਬੱਚੇ ਦੇ ਦਾਂਗੇ, ਬੱਚੇ ਚੱਕ ਲਾਂਗੇ ਸਰ। ਸਰ ਇੱਦਾਂ ਸਰ ਸਾਨੂੰ ਡਰਾਉਂਦੇ ਆ, ਸਾਡਾ ਕੋਰਟ ਕੇਸ ਵੀ ਚੱਲਣਦੇ ਆ ਸਰ, ਤਾਂ ਵੀ ਸਾਡੇ ਧੱਕੇ ਨਾਲ ਕੇ ਘਰ ਵੜ ਜਾਂਦੇ ਆ, ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ, ਨਾ ਤਾਲੇ ਲਾ ਦਿੰਦੇ ਕਿ ਕੁਛ ਕਰ ਦਿੰਦੇ ਸਰ, ਮੈਨੂੰ ਗਲਤ ਮਲਤ ਬੋਲਦੇ, ਤੂੰ ਖਾਚਿਆ ਤੂੰ ਚਵਲ। ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ? ਹਾਂਜੀ, ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ ਤੁਹਾਡੇ ਨਾਲ, ਕੀ ਕਾਰਨ, ਕੀ ਸਮਝਦੇ ਇਹਦੇ ਪਿੱਛੇ? ਸਰ ਕਾਰਨ ਇਹ ਆ ਕਿ ਮੈਂ ਸਰ ਲੜਨ ਜੋਗੇ ਹੈ ਨਹੀਂ, ਸਾਡੇ ਕੋਈ ਘਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੜਨਾ। ਸਰ ਇਹ ਬਜ਼ੁਰਗ ਬੰਦੇ, ਇਹਨਾਂ ਨੂੰ ਸ਼ੂਗਰ ਆ, ਇਹ ਬਿਮਾਰ ਰਹਿੰਦੇ ਨੇ ਸਰ। ਮੇਰਾ ਘਰ ਵਾਲਾ ਸਰ ਕੋਈ ਐਕਸੀਡੈਂਟ ਕਾਰਨ ਉਹ ਜੇਲ੍ਹ 'ਚ ਨੇ, ਉਹ ਵੀ ਸਾਡੇ ਨਾਲ ਸਰ ਧੱਕਾ ਹੋਇਆ ਸੀ, ਕੋਈ ਇੱਦਾਂ ਦੀ ਕੋਈ ਗੱਲ ਨਹੀਂ ਸਰ, ਸਰ ਧੱਕਾ ਹੀ ਹੋਈ ਜਾ ਰਿਹਾ ਹਰ ਪਾਸੇ। ਨਹੀਂ, ਜਿਹੜੇ ਨਿਹੰਗ ਸਿੰਘ ਤੁਸੀਂ ਜ਼ਿਕਰ ਕੀਤਾ, ਉਹ ਕਿਸ ਦੇ ਇਸ਼ਾਰੇ 'ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ? ਅਮਰਿੰਦਰ ਸਿੰਘ ਭਮਰਾ ਸਰ, ਹਰਪ੍ਰੀਤ ਕੌਰ ਮਠਾਰੂ ਅਤੇ ਅਮਰਿੰਦਰ ਸਿੰਘ ਭਮਰਾ, ਇਹ ਦੋ ਭੈਣ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ। ਕਿਹੜੀ ਪਾਰਟੀ ਨਾਲ ਉਹ ਸੰਬੰਧ ਰੱਖਦੇ ਆ? ਸਰ ਉਹ ਰਾਣਾ ਆਮ ਆਦਮੀ ਕੋਈ ਹੈਗਾ ਸਰ, ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਵਾ। ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ, ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਆ? ਸਰ ਮੈਂ ਹਰ ਜਗ੍ਹਾ 'ਤੇ ਗਈ, ਮੈਂ ਤਹਿਸੀਲਦਾਰ ਸਾਹਿਬ ਦੀ ਵੀ ਗਈ, ਮੈਂ ਸਰ ਐਸ ਐਚ ਓ ਸਾਹਿਬ ਦੀ ਵੀ ਗਈ, ਡੀ ਐਸ ਪੀ ਦੀ ਵੀ ਗਈ, ਹਰ ਜਗ੍ਹਾ 'ਤੇ ਗਈ ਮੈਂ, ਡਿਪਟੀ ਸਾਹਿਬ ਡੀ ਸੀ ਸਾਹਿਬ ਦੀ ਵੀ ਪੇਸ਼ ਹੋ ਕੇ ਕੰਪਲੇਂਟ ਦਿੱਤੀ ਸਰ, ਡੀ ਐਸ ਪੀ ਸਾਹਿਬ ਦੇ ਦਫ਼ਤਰ 'ਚ ਵੀ ਉਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਸਰ। ਮੈਨੂੰ ਕਹਿੰਦੇ ਤੁਹਾਡੇ ਘਰ ਘੋੜੇ ਬੰਨ ਦਾਂਗੇ, ਸਾਡੇ ਤੂੰ ਸਿੱਖਾਂ ਨਾਲ ਮੱਥਾ ਨਹੀਂ ਮਾਰ ਸਕਦੀ ਸਰ। ਮੈਂ ਉਹਨਾਂ ਨੇ ਕਿਹਾ ਮੈਂ ਨਹੀਂ ਲੜ ਸਕਦੀ, ਸੱਚ ਆ, ਮੈਂ ਤੁਹਾਡੀ ਇੱਜ਼ਤ ਕਰਦੀ ਹਾਂ, ਤੁਸੀਂ ਮੇਰੇ ਵੀਰ ਆ ਭਰਾ ਵਾਂ, ਪਰ ਮੈਂ ਸੁਣਿਆ ਸੀ ਕਿ ਕਦੀ ਮਤਲਬ ਜਿਹੜੇ ਗੁਰਪੰਥ ਹੈਗੇ ਉਹ ਕਿਸੇ ਨਾਲ ਧੱਕਾ ਨਹੀਂ ਕਰਦੇ ਸਰ, ਇਹ ਮੇਰੇ ਨਾਲ ਧੱਕਾ ਕਰਨਦੇ, ਮੈਨੂੰ ਡਰਾਉਂਦੇ ਆ ਸਰ, ਧਮਕਾਉਂਦੇ ਆ, ਮੈਂ ਡਰਦੀ ਹਾਂ ਸਰ ਇਹਨਾਂ ਕੋਲੋਂ, ਰਿਵੋਲਵਰਾਂ ਲੈ ਕੇ ਸਰ ਆਉਂਦੇ ਆ। ਅੱਜ ਖਹਿਰਾ ਸਾਹਿਬ ਆਏ ਸੀਗੇ, ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਵਾਇਆ? ਸਰ ਉਹ ਕਹਿੰਦੇ ਪਏ ਕਿ ਕੋਈ ਗੱਲ ਨਹੀਂ, ਤੁਹਾਡੀ ਸੁਣਵਾਈ ਹੋਊਗੀ,
ਮੇਰੇ ਤੋਂ ਇਲਾਵਾ ਵੀ ਸਰ ਕੁਛ ਬੰਦੇ ਸੀਗੇ ਜਿਨ੍ਹਾਂ ਦੀ ਵੀ ਜਗ੍ਹਾ ਉੱਤੇ ਇਹਨਾਂ ਨੇ ਮਤਲਬ ਧੱਕਾ ਕਰਨ ਦੀ ਜਿਹੜੀ ਕੀਤੀ ਸੀ ਕੋਸ਼ਿਸ਼, ਰਜਿਸਟਰੀਆਂ ਇਹਨਾਂ ਨੇ ਜਾਲੀ ਬਣਵਾ ਕੇ ਕੰਮ ਕੀਤਾ ਸੀ ਸਰ, ਉਹਨਾਂ ਦੇ ਮੇਰੇ ਕੋਲ ਵੀ ਪ੍ਰੂਫ ਹੈਗੇ। ਹੋਰ ਦੁਕਾਨਦਾਰ ਵੀ ਆ ਜਿਹੜੇ ਇਹ ਨਿਹੰਗਾਂ ਤੋਂ ਪੀੜਤੇ ਆ, ਜਿਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ? ਸਰ ਮੇਰੇ ਕੋਲੋਂ 3 ਜਾਣਿਆਂ ਦੇ ਪ੍ਰੂਫ ਹੈਗੇ ਆ, ਇਸ ਤੋਂ ਇਲਾਵਾ ਵੀ ਹੋਰ ਬੰਦੇ ਜਿਨ੍ਹਾਂ ਨੇ ਸਾਡੀ ਜਗ੍ਹਾ ਨਾਲ ਨਾਲ ਜਿੱਦਾਂ ਦਾ ਸਾਡੇ 'ਤੇ ਅਟੈਕ ਕੀਤਾ, 3 ਬੰਦੇ ਹੋਰ ਆ ਉਹਨਾਂ 'ਤੇ ਵੀ ਅਟੈਕ ਕਰਨ ਦੇ ਆ ਸਰ, ਉਹਨਾਂ ਨੇ ਵੀ ਕੋਰਟ ਕੇਸ ਕੀਤਾ ਹੋਇਆ ਸਰ। ਸਾਰੇ ਅੱਡੇ ਦੀ ਹੀ ਨਗਰ ਪੰਚਾਇਤ ਦੀ ਜਗ੍ਹਾ ਵਾ, ਸਾਰਾ ਅੱਡਾ ਜਿਹੜਾ ਉਹ ਦਹਿਸ਼ਤ ਵਿੱਚ ਆ ਸਰ, ਕੋਈ ਡਰਦਾ ਮਾਰਾ ਇਹਨਾਂ ਤੋਂ ਅੱਗੇ ਨਹੀਂ ਆਉਂਦਾ, ਨਾ ਇਹ ਇਹਨਾਂ ਦੇ ਅੱਗੇ ਜਾਂਦੇ ਸਰ, ਸਾਨੂੰ ਡਰਾਉਂਦੇ ਆ, ਇਹ ਇਸੇ ਚੀਜ਼ ਦਾ ਫਾਇਦਾ ਚੁੱਕਦੇ ਕਿ ਮੈਂ ਲੜ ਨਹੀਂ ਸਕਦੀ ਸਰ ਇਹਨਾਂ ਦੇ ਨਾਲ। ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ? ਸਰ ਮੇਰੀ ਇਹੀ ਮੰਗ ਪ੍ਰਸ਼ਾਸਨ ਅੱਗੇ ਕਿ ਇਹ ਜਿਹੜੇ ਮੇਰੇ ਨਾਲ ਧੱਕਾ ਕਰਦੇ ਆ, ਕਬਜ਼ਾ ਕਰਨ ਦੀ ਨੀਤ ਕਰਦੇ ਆ, ਜਾਲੀਆਂ ਰਜਿਸਟਰੀਆਂ ਬਣਵਾ ਕੇ ਮੈਨੂੰ ਡਰਾਉਂਦੇ ਆ, ਧਮਕਾਉਂਦੇ ਆ, ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ, ਮੇਰੀ ਸੁਣਵਾਈ ਕੀਤੀ ਜਾਵੇ, ਮੈਂ ਸਰ ਮੇਰਾ ਸਭ ਕੁਝ ਖਤਮ ਹੋਏ ਨਾ, ਮੇਰੀ ਜਗ੍ਹਾ ਨੂੰ ਬਚਾਇਆ ਜਾਵੇ, ਨਗਰ ਪੰਚਾਇਤ ਦੀ ਜਗ੍ਹਾ ਦੀ ਰਜਿਸਟਰੀ ਨਹੀਂ ਹੋ ਸਕਦੀ, ਸਾਰਾ ਅੱਡਾ ਹੀ ਨਗਰ ਪੰਚਾਇਤ ਦਾ ਵਾ ਸਰ, ਹੋਰ ਬੰਦਿਆਂ ਦੇ ਵੀ ਧੱਕਾ ਕਰਨ ਦੇ ਨੇ, ਹੋਰ ਵੀ ਸਹਿਮੇ ਹੋਏ ਲੋਕ ਨੇ ਇੱਥੇ। ਉਧਰ ਜਦੋਂ ਇਸ ਬਾਬਤ ਥਾਣਾ ਢਿੱਲਵਾਂ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ, ਇਹਦੇ ਸੰਬੰਧੀ ਅਸੀਂ ਜਿਹੜੀ FIR ਦਰਜ ਕਰ ਚੁੱਕੇ ਹਾਂ, ਤੇ ਬਾਕੀ ਉਹਦਾ ਜੋ ਵੀ ਬੰਦੀ ਕਰ ਰਹੀ ਹੈ ਕਾਨੂੰਨ ਦੇ ਮੁਤਾਬਿਕ ਕਰਾਂਗੇ। ਵਾਕਿਆ ਇਹਨਾਂ ਨੂੰ ਕੁਛ ਲੋਕ ਜਿਹੜੇ ਡਾਉਂਦੇ ਧਮਕਾਉਂਦੇ ਆ, ਖੇਲ ਜਦੋਂ ਸਾਨੂੰ ਸ਼ਿਕਾਇਤ ਮਿਲੀ ਉਹਦੀ ਅਫਸਰ ਨੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮੁਕੱਦਮਾ ਦਰਜ ਕਰ ਲਿਆ, ਬਾਕੀ ਜਿਹੜੀ ਬੰਦੀ ਕਰ ਰਹੀ ਅਸੀਂ ਕਰ ਰਹੇ ਹਾਂ। ਕੀ ਇਹਨਾਂ ਦਾ ਮਾਮਲਾ ਕੀ ਹੈਗਾ, ਇਹਨਾਂ ਦਾ ਕੋਈ ਜਾਇਦਾਦ ਦਾ ਮਾਮਲਾ ਵਾ? ਪ੍ਰੋਪਰਟੀ ਦਾ ਹੈ। ਠੀਕ ਹੈ ਜੀ, ਸ਼ੁਕਰੀਆ ਜੀ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕੋਈ ਦੁਕਾਨਾਂ ਦਾ ਵਿਵਾਦ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਇਸ ਵਿਵਾਦ ਦੀ ਅਸਲ ਜੜ ਕੀ ਹੈ, ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਦਨਮਿਊਟ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ।